ਅਸਲਾਮੁ ਅਲੈਕੁਮ। ਲਓ ਜੀ, ਇਹ ਗੱਡੀ ਸਾਡੇ ਕੋਲ ਆਈ ਜੀ, ਗਰੰਟੀ 2020 ਮਾਡਲ ਹੈ, ਨਵੀਂ ਕੋਰ ਗੱਡੀ ਹੈ। ਔਰ ਅੱਜ ਸਾਡੇ ਕੋਲ ਆਏ ਸਨ ਸਾਡੇ ਬੜੇ ਪਿਆਰੇ ਭਾਈ ਨੇ ਬੂਰੇ ਵਾਲੇ ਤੋਂ, ਬੂਰੇ ਵਾਲੇ ਨਾ ਰਹਿਸ਼ ਆਪਣੀ ਬੂਰੇ ਵਾਲੇ ਤੋਂ। ਅਤੇ ਅਗਰ ਕਿਸੇ ਭਾਈ ਨੂੰ ਗੱਡੀ ਚਾਹੀਦੀ ਹੈ, ਅੰਦਰਲੀ ਲਾਈਟ ਜ਼ਰੂਰ ਵੀ ਚਲਾ ਦਿਓ। ਅਤੇ ਗਰੰਟੀ 20 ਮਾਡਲ ਦੀ ਜੇ, ਔਰ ਦੇਣੀ ਹੈ ਫੌਰੀ, ਡਿਮਾਂਡ ਪੈਸੇ ਵੀ ਅਸੀਂ ਲਵਾਏ ਨੇ। ਦੇਣੀ ਕਿੰਨੇ ਦੀ ਇੱਕੋ ਗੱਲ ਕਰ ਦਿਓ, ਇੱਕੋ ਗੱਡੀ 55 ਲੱਖ ਦੀ ਵਿਕਣੀ ਹੈ। ਤੁਹਾਡੀ ਗੱਡੀ ਜੁਮੇ ਵਾਲਾ ਦਿਨ ਵੇਚਾਂਗੇ, ਜੁਮੇ ਵਾਲਾ ਦਿਨ ਬਚ ਗਈ ਤੇ ਫਿਰ ਲੈ ਜਾਓ, ਨਹੀਂ ਰਿਵਿਊ ਪਾ ਦਿੰਦੇ ਇਨਸ਼ਾਅੱਲਾ ਵਿਕ ਜਾਏਗੀ। ਬੋਨਟ ਖੋਲਿਆ ਜੀ, ਤੁਹਾਨੂੰ ਗੱਡੀ ਸੋਹਣੀ ਹੈ, ਸਾਫ ਸੁਥਰੀ ਹੈ, ਨਵੀਂ ਕੋਰ ਹੈ। ਅਗਰ ਕਿਸੇ ਭਾਈ ਨੂੰ ਚਾਹੀਦੀ ਹੋਵੇ ਤਾਂ ਇਹਨਾਂ ਨਾਲ ਰਾਬਤਾ ਕਰਕੇ ਇਹਨਾਂ ਕੋਲ ਖਰੀਦ ਸਕਦੇ ਹੋ। ਬਾਕੀ ਟੋਟਲ ਜੈਨੂਇਨ ਹੈ ਨਾ ਗੱਡੀ, ਮੈਂ ਘੁੱਟ ਕੇ ਕੋਈ ਨਹੀਂ ਜੀ ਵੇਖੀ ਗੱਡੀ, ਠੀਕ ਹੈ। ਡੱਬਾ ਖਰਾਸ਼ਾਂ ਇੱਕ ਦੋ ਹੈਗੀਆਂ ਨੇ, ਟੋਟਲ ਜੈਨੂਇਨ ਦੀ ਆਵਾਜ਼ ਦੇ ਰਹੇ ਨੇ ਭਾਈ ਹਰੀ। ਗੱਡੀ ਇਸ ਟਾਈਮ ਫੁੱਲ ਘੱਟਿਓ ਘੱਟੀ ਹੋਈ ਹੈ, ਐਂ ਜੀ ਪਹੁੰਚੇ ਨੇ, ਹੁਣ ਲੇਟ ਹੀ ਪਹੁੰਚੇ ਨੇ, ਅੱਜ ਬੋਲੀ ਨਹੀਂ ਹੋਈ ਇਸ ਗੱਡੀ ਦੀ। ਔਰ ਹੁਣ ਜਾ ਰਹੇ ਨੇ ਬੂਰੇ ਵਾਲੇ, ਹੁਣ ਲਾਹੌਰ ਹੀ ਹੋ ਗਈ ਜਾਂ ਬੂਰੇ ਵਾਲੇ ਜਾ ਰਹੇ ਹੋ? ਨਹੀਂ ਹੁਣ ਕਿੱਥੇ ਹੋ ਤੁਸੀਂ, ਜਾਣਾ ਹੈ ਜਾਂ ਇੱਥੇ ਰਹੇ? ਗਰੰਟੀ ਦੇ ਜਿਹੜੇ ਲਵਰ ਹੈ ਨੇ, ਇਹਨਾਂ ਨਾਲ ਰਾਬਤਾ ਕਰੋ ਤੇ ਇਹਨਾਂ ਕੋਲ ਗੱਡੀ ਲਵੋ। ਨਿਜ਼ਾਮ ਚੱਲਣਾ ਚਾਹੀਦਾ ਇਹਨਾਂ ਦਾ ਵੀ ਔਰ ਤੁਹਾਡਾ ਵੀ, ਤੁਹਾਡਾ ਕੰਮ ਹੋਣਾ ਚਾਹੀਦਾ। ਤੁਹਾਡਾ ਕੰਮ ਹੋ ਜਾਵੇ ਤੇ ਅਸੀਂ ਖੁਸ਼ ਹੋ ਜਾਵਾਂਗੇ। ਇਹ ਵੀ ਸਾਡੇ ਵੀਰ ਨੇ, ਭਰਾ ਨੇ, ਏਡੀ ਦੂਰੋਂ ਆਸ ਲੈ ਕੇ ਆਉਂਦੇ ਨੇ ਸਾਡੇ ਕੋਲ, ਤੇ ਅਸੀਂ ਆਪਣਾ ਲਾਲਚ ਕਦੀ ਨਹੀਂ ਰੱਖਿਆ। ਡਾਇਰੈਕਟ ਇਹਨਾਂ ਨਾਲ ਡੀਲ ਕਰੋ, ਕੋਈ ਟੈਨਸ਼ਨ ਨਹੀਂ ਹੈਗੀ। ਸਾਨੂੰ ਕੁਛ ਆ ਭੇਜਣੀ ਹੋਈ ਭੇਜ ਦਿਆ, ਜੇ ਨਹੀਂ ਤਾਂ ਕੋਈ ਗੱਲ ਨਹੀਂ। ਹਾਂ ਸਾਡੇ ਭਰਾ ਦੁਆ ਕਰ ਛੱਡਿਆ ਕਰੋ ਸਾਡੀ ਜ਼ਿੰਦਗੀ ਦੀ, ਸਾਨੂੰ ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ। ਸ਼ਰੀਕੇਬਾਜ਼ੀ ਬਹੁਤ ਬਣ ਗਈ ਹੈ, ਸ਼ਰੀਕ ਬੜੇ ਜੰਮ ਪਏ ਨੇ ਡੋਗਰ ਦੇ। ਬਸ ਆਹ ਹਾਸਦੀਨ ਤੂੰ ਜਿਹੜਾ ਨਾ ਅੱਲਾਹ ਤਾਲਾ ਤੌਫੀਕ ਦੇਵੇ ਇਹਨਾਂ ਤੋਂ ਮਹਿਫੂਜ਼ ਰੱਖੇ ਮੈਨੂੰ। ਨਹੀਂ ਨਹੀਂ ਅਸੀਂ ਨਹੀਂ ਆਉਂਦੇ, ਕੋਈ ਮਰੇ ਬੇਈਮਾਨ ਬੰਦਾ ਦੁਨੀਆ ਦੇ ਵੀ ਖਰਾਬ ਹੈ ਤੇ ਅੱਗੇ ਵੀ ਖਰਾਬ ਹੈ। ਬੇਈਮਾਨ ਬੰਦੇ ਦਾ ਕੋਈ ਨੀ, ਮੇਰੀ ਬਾਤ ਤੇ ਖੁੱਲੀ ਡਿਲੀ ਨਹੀਂ ਕਹਿਣਾ। ਮੈਂ ਕਦੀ ਗੋਂਗਲੂਆਂ ਦੀ ਮਿੱਟੀ ਨਹੀਂ ਝਾੜੀ, ਜਿੰਨਾ ਮੈਂ ਯਾਦ ਕਰਨਾ ਅੱਲਾ ਪਾਕ ਆਪਣੀ ਪੰਜ ਦਿਨ ਪਾਕ ਦੇ ਸਦਕੇ ਹਰ ਕਿਸੇ ਦੇ ਆਪਣੇ ਰਹਿਮਤ ਕਰੇ ਔਰ ਮੇਰੇ ਭਰਾ ਦੇ ਵੀ ਕਰੇ।